ਤੇ ਮੈਂ ਹਾ ਕੁਵਰ ਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਰੂਸ ਤੇ ਯੂਕਰੇਨ ਦੇ ਵਿੱਚ ਇਸ ਸਮੇਂ جنگ ਛਿੜੀ ਹੋਈ ਆ ਤੇ ਜੰਗ ਕਹਿ ਸਕਦੇ ਹਾਂ ਰੂਸ ਇਸ ਸਮੇਂ ਆਖਰੀ ਕਹਿ ਸਕਦੇ ਹਾਂ ਹਮਲੇ ਦੀ ਤਿਆਰੀ ਕਰ ਰਿਹਾ ਪੂਰਨ ਤੌਰ ਤੇ ਆਖਰੀ ਹਮਲੇ ਦੀ ਇਸ ਸਮੇਂ ਰੂਸ ਤਿਆਰੀ ਕਰ ਰਿਹਾ ਕੀਵ ਦੇ ਵਿੱਚ ਹਮਲਾ ਕਰਨ ਜਾ ਰਿਹਾ ਰੂਸ ਯੂਕਰੇਨ ਦੀ ਰਾਜਧਾਨੀ ਨੂੰ ਚਾਰੋਂ ਪਾਸੋਂ ਘੇਰ ਲਿਆ ਆ ਤੇ ਇਹ ਗੱਲ ਕਹੀ ਜਾ ਰਹੀ ਆ ਵੀ ਜਿਹੜਾ ਫੌਜ ਦਾ ਕਾਫਲਾ ਹੈ ਉਹ 64 ਕਿਲੋਮੀਟਰ ਲੰਬਾ ਜਿਹੜਾ ਹੈ ਕਾਫਲਾ ਹੈ ਚਾਰੋਂ ਤਰਫ ਤੋਂ ਪੂਰਨ ਤੌਰ ਤੇ ਰੂਸ ਦੀ ਫੌਜਾਂ ਨੇ ਜੜਾਇ ਯੂਕਰੇਨ ਨੂੰ ਘੇਰ ਲਿਆ ਹੈ ਆਪ ਸਾਨੂੰ ਪਤਾ ਹੀ ਵੀ ਕਿਸ ਤਰੀਕੇ ਨਾਲ ਲਗਾਤਾਰ ਗੱਲ ਕਰੀਏ ਕੀਵ ਦੇ ਵੱਲ ਵੱਧ ਰਿਹਾ ਸੀਗਾ ਰੂਸ ਦੀ ਸੇਨਾ ਜਿਹੜੀ ਹੈ ਰੂਸ ਦੀ ਜਿਹੜੀ ਫੌਜ ਆ ਲਗਾਤਾਰ ਹੀ ਕੀਵ ਦੇ ਵੱਲ ਰਾਜस्तानी ਵੱਲ ਵੱਧ ਰਹੀ ਸੀ ਅਤੇ ਹੁਣ ਚਾਰੋਂ ਪਾਸੇ ਜਿਹੜਾ ਹੈ ਘੇਰ ਲਿਆ ਗਿਆ ਤੇ ਸੈਟਲਾਈਟ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆਏ ਨੇ ਸੈਟਲਾਈਟ ਤੋਂ ਉਹ ਫੁਟੇਜ ਸਾਹਮਣੇ ਆਈ ਹੈ ਵੀ 64 ਕਿਲੋਮੀਟਰ ਲੰਬਾ ਜਿਹੜਾ ਕਾਫਲਾ ਆਇਆ ਤੇ ਪੂਰਨ ਤੌਰ ਤੇ ਚਾਰੇ ਪਾਸੇ ਇਸ ਸਮੇਂ ਯੂਕਰੇਨ ਦੀ ਜਿਹੜੀ ਰਾਜਤਾਨੀ ਹੈ ਕੀ ਉਸ ਨੂੰ ਘੇਰ ਲਿਆ ਗਿਆ ਤੇ ਜਲਦੀ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਜਲਦੀ ਹੀ ਉੱਥੇ ਕਿਹਾ ਜਾ ਸਕਦਾ ਵੀ ਹਮਲਾ ਵੀ ਕੀਤਾ ਜਾ ਸਕਦਾ ਹੈ ਤੇ 70 ਯੂਕਰੇਨੀ ਜਿਹੜੇ ਫੌਜੀ ਨੇ ਉਹਨਾਂ ਦੀ ਮੌਤ ਦੀ ਖਬਰ ਵੀ ਜਿਹੜੀ ਹੈ ਇਸ ਸਮੇਂ ਸਾਹਮਣੇ ਆਈ ਹੈ ਤੇ ਆਪ ਸਭ ਨੂੰ ਪਤਾ ਹੈ ਜਿਵੇਂ ਜੇ ਗੱਲ ਕਰੀਏ ਰੂਸ ਦੇ ਰਾਸ਼ਟਰਪਤੀ ਜੋ ਵਲਾਇਦਮੀਰ ਪੁਤਿਨ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਉਹਨਾਂ ਨੇ ਕਹਿ ਸਕਦੇ ਆ ਵੀ ਜਾਰੀ ਕਰ ਦਿੱਤਾ ਸੀ ਅਤੇ ਕਿਹਾ ਸੀਗਾ ਨੋਟਿਸ ਜਾਰੀ ਕਰ ਦਿੱਤਾ ਸੀ ਪੂਰਾ ਤੌਰ ਤੇ ਇਹ ਕਰ ਦਿੱਤਾ ਸੀ ਵੀ ਨਿਊਕਲਰ ਐਕਟਿਵ ਕਰ ਦਿੱਤੇ ਸੀ ਜਿਹੜੇ ਉਹਨਾਂ ਦੇ ਬੰਬ ਸਨ ਪੂਰਨ ਤੌਰ ਤੇ ਐਕਟਿਵ ਹੋ ਗਏ ਸਨ ਮਤਲਬ ਸਿਰਫ ਇੱਕ ਕਾ ਬਟਨ ਦੇ ਦੂਰ ਜਿਹੜਾ ਇੱਕ ਬਟਨ ਦੀ ਦੂਰੀ ਰਹਿ ਗਈ ਸੀ ਅਤੇ ਇਹ ਵੀ ਗੱਲ ਕਹੀ ਆ ਵੱਡਾ ਉਹਨਾਂ ਨੇ ਇਹ ਗੱਲ ਕਹੀ ਆ ਵੱਡਾ ਬਿਆਨ ਸਾਹਮਣੇ ਆ ਵੀ ਜਿਨ੍ਹਾਂ ਨੇ ਵੀ ਯੂਕਰੇਨ ਦਾ ਸਾਥ ਦਿੱਤਾ ਜਿਨ੍ਹਾਂ ਨੇ ਵੀ ਹਥਿਆਰ ਭੇਜੇ ਨੇ ਉਹਨਾਂ ਨਾਲ ਵੀ ਜ਼ਰੂਰ ਅਸੀਂ ਜ਼ਰੂਰ ਅਸੀਂ ਨਿਜਠਾਂਗੇ ਇਹ ਵੀ ਗੱਲ ਉਹਨਾਂ ਨੇ ਕਹਿ ਦਿੱਤੀ ਆ ਜਲਦ ਹੀ ਉਹਨਾਂ ਨੂੰ ਵੀ ਜ਼ਰੂਰ ਦੇਖਾਂਗੇ ਸਿੱਧੇ ਤੌਰ ਤੇ ਧਮਕੀ ਦਿੱਤੀ ਆ ਜਿਵੇਂ ਕਿ ਕਾਫੀ ਦੇਸ਼ ਅੱਗੇ ਵੀ ਆਏ ਸਨ ਕਾਫੀ ਦੇਸ਼ਾਂ ਨੇ ਹਥਿਆਰ ਵੀ ਜਿਹੜੇ ਆ ਕੇ ਸਨ ਅਸੀਂ ਸਪਲਾਈ ਕਰਾਂਗੇ ਜ਼ਰੂਰ ਕਹੀ ਹਥਿਆਰ ਨਹੀਂ ਪਹੁੰਚ ਪਾਏ ਕਿਉਂਕਿ ਪੂਰਨ ਤੌਰ ਤੇ ਬਾਰਡਰਾਂ ਤੇ ਜਿਹੜਾ ਹੈ ਪਾ ਲਿਆ ਸੀ ਜਿਵੇਂ ਟੈਕਸੀ ਵੱਲੋਂ ਗੱਲ ਕਰਦੇ ਆ ਤਾਂ ਰੂਸ ਨੇ ਉੱਥੋਂ ਵੀ ਕੇਰਾ ਪਾ ਲਿਆ ਸੀ ਹੋਰ ਵੀ ਜਿਹੜੇ ਯੂਕਰੇਨ ਦੇ ਬਾਰਡਰ ਨੇ ਉਹਨਾਂ ਨੂੰ ਵੀ ਪੂਰਨ ਤੌਰ ਤੇ ਕੇਰਾ ਪਾ ਲਿਆ ਸੀ ਤਾਂ ਕਿਸੇ ਪ੍ਰਕਾਰ ਦੀ ਮਦਦ ਵੀ ਜਿਹੜੀ ਹੈ ਯੂਕਰੇਨ ਨੂੰ ਨਹੀਂ ਪਹੁੰਚ ਪਾਈ ਸੀ ਜ਼ਰੂਰ ਕਈ ਦੇਸ਼ ਕਹਿਤਾਰੇ ਸਨ ਬਾਅਦ ਚ ਉਹਨਾਂ ਨੇ ਕੋਈ ਮਦਦ ਵੀ ਯੂਕਰੇਨ ਨੂੰ ਨਹੀਂ ਦਿੱਤੀ ਤਾਂ ਰੂਸ ਨੇ ਵੱਡੀ ਚੇਤਾਵਨੀ ਵੀ ਦੇ ਦਿੱਤੀ ਹੈ ਰੂਸ ਨੇ ਇਹ ਗੱਲ ਕਹੀ ਹੈ ਵੀ ਜਿਨ੍ਹਾਂ ਦੇਸ਼ਾਂ ਨੇ ਵੀ ਵਾਅਦਾ ਕੀਤਾ ਉਹਨਾਂ ਨੂੰ ਜ਼ਰੂਰ ਅਸੀਂ ਦੇਖਾਂਗੇ ਪਰ ਪਹਿਲਾਂ ਜੋ ਹੈ ਇੱਥੇ ਅਸੀਂ ਜੋ ਹੈ ਇੱਥੇ ਜਿਹੜਾ ਹਮਲਾ ਹੋ ਰਿਹਾ ਪਹਿਲਾਂ ਉਹ ਤੋਂ ਵੇਲੇ ਹੋ ਜੀਏ ਫਿਰ ਉਹ ਤੋਂ ਜ਼ਰੂਰ ਦੇਖਾਂਗੇ ਤਾਂ ਹੁਣ ਆਖਰੀ ਹਮਲੇ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਆਰਮੀ ਜਿਹੜਾ ਬੇਸ ਹੈ ਯੂਕਰੇਨ ਦਾ ਇੱਕ ਹੋਰ ਆਰਮੀ ਬੇਸ ਸਵੇਰੇ ਸਵੇਰੀ ਤਬਾਹ ਕਰ ਦਿੱਤਾ ਗਿਆ ਜਿਹੜਾ ਇੱਕ ਹੋਰ ਆਰਮੀ ਬੇਸ ਯੂਕਰੇਨ ਦਾ ਸੀਗਾ ਰੂਸ ਦੀਆਂ ਫੌਜਾਂ ਨੇ ਉੱਥੇ ਉਸ ਨੂੰ ਤਬਾਹ ਕਰ ਦਿੱਤਾ ਅਤੇ ਹੁਣ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਵੀ 64 ਕਿਲੋਮੀਟਰ ਲੰਬਾ ਜਿਹੜਾ ਕਾਫਲਾ ਹੈ ਯੂਕਰੇਨ ਦੇ ਆਸ-ਪਾਸ ਚਾਰੋਂ ਤਰਫੋਂ ਘੇਰ ਲਿਆ ਗਿਆ ਚਾਰੋਂ ਪਾਸੋਂ ਜਿਹੜਾ ਘੇਰ ਲਿਆ ਗਿਆ ਤੇ ਹੁਣ ਫੌਜਾਂ ਦੇ ਵਿੱਚ ਆਪਸੀ ਜੰਗ ਵੀ ਚੱਲ ਰਹੀ ਹੈ ਇੱਕ ਦੂਜੇ ਦੇ ਇਸ ਸਮੇਂ ਕਹਿ ਸਕਦੇ ਹਾਂ ਵੀ ਖਿਲਾਫ ਵੀ ਖੜੇ ਹੋ ਚੁੱਕੇ ਹਨ ਇੱਕ ਦੂਜੇ ਦੇ ਆਮੋ ਸਾਹਮਣੇ ਜਿਹੜਾ ਮੁਕਾਬਲਾ ਫੌਜਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਜਿਵੇਂ ਕਿ ਬਾਰ-ਬਾਰ ਮੀਟਿੰਗਸ ਵੀ ਹੋਈਆਂ استان ਦੱਸ ਦਿੰਦੇ ਆ ਬਾਰ-ਬਾਰ ਗੱਲ ਵੀ ਹੋ ਰਹੀ ਸੀ ਤਾਂ ਕੱਲ ਦੇ ਦਿਨ ਜਿਹੜੀ ਬੈਲਾਰੂਸ ਦੇ ਵਿੱਚ ਮੀਟਿੰਗ ਵੀ ਹੁੰਦੀ ਹੈ ਜੇ ਗੱਲ ਕਰੀਏ ਰਾਸ਼ਟਰਪਤੀ ਦੀ ਜੇ ਰੂਸ ਦੇ ਰਾਸ਼ਟਰਪਤੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਦੋਨਾਂ ਦੇ ਵਿੱਚ ਪੁਤਿਨ ਅਤੇ ਜੇਲੈਸਕੀ ਚ ਜਿਹੜੀ ਕੱਲ ਮੀਟਿੰਗ ਹੋਈ ਆ ਦੋਨਾਂ ਦੇ ਵਿੱਚ ਮੀਟਿੰਗ ਹੋਈ ਆ ਅਤੇ ਉਹਨਾਂ ਦੇ ਵਿ ਕੋਈ ਸੱਟਾ ਉੱਪਰ ਕੇ ਸਾਹਮਣੇ ਨਹੀਂ ਆ ਪਹਿਲਾਂ ਮੀਟਿੰਗ ਤੇ ਵੀ ਕਾਫੀ ਗੱਲ ਕਰਦੇ ਆ ਪਹਿਲਾਂ ਕਿਹਾ ਗਿਆ ਸੀ ਬੈਲਾਰੂਸ ਦੇ ਵਿੱਚ ਮੀਟਿੰਗ ਰੱਖੀ ਜਾਵੇਗੀ ਤਾਂ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਫੌਜ ਹੈ ਉਹ ਸਾਰੀ ਬੈਲਾਰੂਸ ਦੇ ਥਰੂ ਹੀ ਆਈਏਸ ਕਰਕੇ ਉੱਥੇ ਮੀਟਿੰਗ ਨਹੀਂ ਕੀਤੀ ਜਾਏਗੀ ਬਾਅਦ ਚੌਥੇ ਕੱਲ ਮੀਟਿੰਗ ਹੁੰਦੀ ਆ ਪਰ ਉਸ ਦਾ ਕੋਈ ਵੀ ਸੱਟਾ ਜਿਹੜਾ ਨਹੀਂ ਉੱਪਰ ਕੇ ਸਾਹਮਣਿਆਂ ਦਾ ਕੋਈ ਵੀ ਸੱਟਾ ਨਹੀਂ ਨਿਕਲਦਾ ਤਾਂ ਅੱਜ ਸੈਟਲਾਈਟ ਥਰੂ ਹੈ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਸਮੇ ਮੂਰਨ ਤੌਰ ਤੇ ਚਾਰੇ ਪਾਸੇ ਜਿਹੜਾ ਕੇਰਾ ਬਣ ਗਿਆ ਆ ਤੇ 64 ਕਿਲੋਮੀਟਰ ਲੰਬਾ ਕਾਫਲਾ ਜਿਸ ਵਿੱਚ ਸੇਨਾ ਜਿਹੜੀ ਆ ਤੁਹਾਨੂੰ ਪਤਾ ਹੀ ਆ ਵੀ ਇਸ ਵਿੱਚ ਟੈਂਕ ਵੀ ਨੇ ਪੈਦਲ ਸੇਨਾ ਵੀ ਆ ਹੋਰ ਵੀ ਜਿਹੜੀਆਂ ਸਨਾਵਾਂ ਦੀਆਂ ਗੱਡੀਆਂ ਵੀ ਨੇ ਉਹ ਵੀ ਲਗਾਤਾਰ ਫੌਜ ਦੀਆਂ ਗੱਡੀਆਂ ਵੀ ਸ਼ਾਮਲ ਨੇ ਟੈਂਕ ਵੀ ਸ਼ਾਮਲ ਨੇ ਤੋਪਾਂ ਵੀ ਸ਼ਾਮਲ ਨੇ ਤਾਂ ਉਸ ਤਰੀਕੇ ਨਾਲ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਸੀ ਯੂਕਰੇਨ ਤੋਂ ਲਗਾਤਾਰ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਬਿਗੈਸ ਤਰੀਕੇ ਨਾਲ ਪਹਿਲਾਂ ਯੂਕਰੇਨ ਦੇ ਵਿੱਚ ਵੜਿਆ ਜਾਂਦਾ ਅਤੇ ਰੂਸੀ ਸੈਨਾ ਜਿਹੜੀ ਉੱਥੇ ਵੜਦੀ ਹੈ ਅਤੇ ਰੂਸੀ ਸੈਨਾ ਦਾ ਇਹ ਕਹਿਣਾ ਹੈ ਵੀ ਲਗਾਤਾਰ ਇੰਜ ਲੱਗਦਾ ਸੀਗਾ ਵੀ ਨਾਟੋ ਇੱਥੇ ਆਣ ਲੱਗਿਆ ਤਾਂ ਅਮਰੀਕਾ ਆਪਣਾ ਫੌਜੀ ਬੇਸ ਇੱਥੇ ਬਣਾ ਸਕਦੀ ਸੀ ਇਸ ਕਰਕੇ ਜਿਹੜਾ ਹੈ ਅਸੀਂ ਇਹ ਸਭ ਕੁਝ ਕੀਤਾ ਅਸੀਂ ਇਹ ਹਮਲਾ ਇਸ ਕਰਕੇ ਕੀਤਾ ਵੀ ਇੱਥੇ ਨਾਟੋ ਜਿਹੜੀ ਆ ਪਹੁੰਚ ਸਕਦੀ ਸੀ ਯਾਨੀ ਕਿ ਸਿੱਧੇ ਤੌਰ ਤੇ ਅਮਰੀਕਾ ਇੱਥੇ ਪਹੁੰਚ ਸਕਦਾ ਸੀ ਅਮਰੀਕਾ ਦਾ ਆਰਮੀ ਬੇਸ ਬਣ ਸਕਦਾ ਸੀ ਐਸ ਲਈ ਸਾਨੂੰ ਇਹ ਹਮਲਾ ਕਰਨਾ ਪਿਆ ਜੇ ਅਮਰੀਕਾ ਨਾ ਆਉਂਦੀ ਤਾਂ ਹੋਰ ਵੀ ਯੂਰੋਪਨ ਕੰਟਰੀਆਂ ਜਿਹੜੀਆਂ ਨੇ ਉਹ ਵੀ ਅੱਗੇ ਆ ਜਾਂਦੀਆਂ ਇਸ ਕਰਕੇ ਸਾਨੂੰ ਪੂਰਨ ਤੌਰ ਤੇ ਹਮਲਾ ਕੀਤਾ ਕਰਨਾ ਪਿਆ ਮਨੁੱਖੀ ਅਧਿਕਾਰ ਦੀ ਗੱਲ ਕਹੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮਨੁੱਖੀ ਅਧਿਕਾਰ ਨੂੰ ਬਚਾਉਣ ਵਾਸਤੇ ਸਾਨੂੰ ਹਮਲਾ ਕਰਨਾ ਪਿਆ ਪਰ ਉਹ ਵੀ ਤਸਵੀਰਾਂ ਤੁਸੀਂ ਦੇਖਿਆ ਸੀ ਵੀ ਕਿਸ ਤਰੀਕੇ ਨਾਲ ਆਮ ਜਨਤਾ ਤੇ ਵੀ ਹਮਲਾ ਹੁੰਦਾ ਆਮ ਬਿਲਡਿੰਗਸ ਨੂੰ ਵੀ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਯੂਕਰੇਨ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਕੀਵ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਪਬਲਿਕ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਵੀ ਮਨੁੱਖੀ ਅਧਿਕਾਰਾਂ ਨੂੰ ਬਚਾਣ ਲਈ ਸਭ ਕੁਝ ਕੀਤਾ ਗਿਆ ਪਰ ਇਹ ਤਸਵੀਰਾਂ ਜ਼ਰੂਰ ਉਸਦੇ ਉਲਟ ਹੀ ਦਿਖਾਈ ਦੇ ਰਹੀਆਂ ਨੇ ਤਾਂ ਹੁਣ ਸਭ ਤੋਂ ਵੱਡੀ ਗੱਲ ਹੈ ਵਾ ਵੀ ਕੀਵ ਨੂੰ ਜਿਹੜਾ ਹੈ ਚਾਰੇ ਤੋਰ ਤੋਂ ਕੇਰਾ ਪਾ ਲਿਆ ਗਿਆ ਮਤਲਬ ਅਲਗ-ਅਲਗ ਪਾਸੋਂ ਜਿਹੜਾ ਕੇਰਾ ਪਾ ਲਿਆ ਗਿਆ ਤੇ 64 ਕਿਲੋਮੀਟਰ ਲੰਬਾ ਹੈ ਫੌਜ ਦਾ ਕਾਫਲਾ ਜਿਹੜਾ ਇਹ ਦਿਖਾਈ ਦੇ ਰਿਹਾ ਤਸਵੀਰਾਂ ਇਸ ਸਮੇਂ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਇਹ ਜਿਹੜਾ ਕਾਫਲਾ ਇਹ ਕਾਫਲਾ ਜਿਹੜਾ 64 ਕਿਲੋਮੀਟਰ ਲੰਬਾ ਕਾਫਲਾ ਮਤਲਬ ਕਿ ਯੂਕਰੇਨ ਦੀ ਜਿਹੜੀ ਰਾਜਸਤਾਨੀ ਹੈਕੀਮ ਨੂੰ ਉਸ ਨੂੰ ਚਾਰੋਂ ਤਰਫ ਤੋਂ ਜਿਹੜਾ ਘੇਰ ਲਿਆ ਗਿਆ ਅਲੱਗ-ਅਲੱਗ ਪਾਸੋਂ ਜਿਹੜਾ ਘੇਰ ਲਿਆ ਗਿਆ ਘੇਰਾ ਪਾ ਲਿਆ ਗਿਆ ਉਸ ਨੂੰ ਅਤੇ ਹੁਣ ਜਲਦੀ ਹੀ ਰੂਸ ਜਿਹੜਾ ਹੈ ਕਹਿ ਸਕਦੇ ਹਾਂ ਵੀ ਆਪਣਾ ਹਮਲਾ ਜਿਹੜਾ ਹੈ ਆਖਰੀ ਹਮਲਾ ਜਿਸ ਦੀ ਉਹ ਤਿਆਰੀ ਕਰ ਰਹੀ ਸੀ ਆਖਰੀ ਹਮਲਾ ਕਰ ਸਕਦਾ ਹੈ ਰੂਸ ਜਿਹੜਾ ਹੈ ਯੂਕਰੇਨ ਤੇ ਜਲਦੀ ਹੀ ਇਹ ਕੀ ਗੱਲ ਗੱਲ ਕਹੀ ਜਾ ਰਹੀ ਹੈ ਵੀ ਰੂਸ ਜਿਹੜਾ ਆਖਰੀ ਹਮਲਾ ਵੀ ਆਪਣਾ ਕਰ ਸਕਦਾ ਹੈ ਕੇਰਾਬੰਦੀ ਪੂਰਨ ਤੌਰ ਤੇ ਜਿਹੜੀ ਹੈ ਹੋ ਚੁੱਕੀ ਹੈ ਚਾਰੇ ਪਾਸੇ ਤੋਂ ਯੂਕਰੇਨ ਦੀ ਰਾਸ਼ਟਾਨੀ ਕੀਵ ਨੂੰ ਘੇਰ ਲਿਆ ਗਿਆ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਵੀ ਕਾਫੀ ਧੇਰ ਤੋਂ ਗੱਲ ਕਰੀਏ ਤਾਂ ਕੀਵ ਵੱਲ ਲਗਾਤਾਰ ਹੀ ਰੂਸ ਦੀ ਸੈਨਾ ਜਿਹੜੀ ਹੈ ਰੂਸ ਦੀ ਫੌਜ ਜਿਹੜੀ ਹੈ ਕਾਫੀ ਧੇਰ ਤੋਂ ਹੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਹੁਣ ਚਾਰੇ ਪਾਸੇ ਤੋਂ ਕੇਰਾ ਪਾਲਿਆ ਗਿਆ ਅਤੇ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਵੀ ਇਹ ਗੱਲ ਕਹੀ ਸੀ ਵੀ ਹਰ ਹੱਥ ਦੇ ਵਿੱਚ ਹਥਿਆਰ ਜ਼ਰੂਰ ਹੋਣ ਮਤਲਬ ਹਰ ਨਾਗਰਿਕ ਜੋ ਹੈ ਹਥਿਆਰਾਂ ਦਾ ਯੂਜ਼ ਜੋ ਕਰ ਯੂਜ਼ ਜੋ ਕਰੇ ਮਤਲਬ ਤੁਸੀਂ ਸਾਰੇ ਜਿਹੜੇ ਐ ਫੌਜੀ ਹੋ ਐ ਵੀ ਬੈਨ ਲਗਾ ਦਿੱਤਾ ਗਿਆ ਸੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਵੀ 16 ਸਾਲ ਤੋਂ ਲੈ ਕੇ 60 ਸਾਲ ਦੇ ਵਿਅਕਤੀਆਂ ਨੂੰ ਬੈਨ ਵੀ ਲਗਾ ਦਿੱਤਾ ਗਿਆ ਸੀ ਵੀ ਉਹ ਜਿਹੜੇ ਨੇ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ ਕਾਫੀ ਤਸਵੀਰਾਂ ਸਾਹਮਣੇ ਵੀ ਆਈਆਂ ਸਨ ਵੀ ਮੰਤਰੀਆਂ ਨੇ ਵੀ ਜਿਹੜੀਆਂ ਤਸਵੀਰਾਂ ਪਾਈਆਂ ਸੀ ਟਵਿੱਟਰ ਹੈਂਡਲ ਸ਼ੇਰ ਕੀਤੀਆਂ ਸੀਗੀਆਂ ਅਤੇ ਇਹ ਗੱਲ ਕਹੀ ਸੀਗੀ ਵੀ ਆਪਣੇ ਅਸੀਂ ਦੇਸ਼ ਦੀ ਰੱਖਿਆ ਵਾਸਤੇ ਖੜੇ ਆਉ ਤਸਵੀਰਾਂ ਵੀ ਕਾਫੀ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਪਰ ਹੁਣ ਸਭ ਤੋਂ ਵੱਡੀ ਅਸਮੇ ਸਕਰੀਨ ਤੇ ਤੁਸੀਂ ਸੈਟਲਾਈਟ ਦੀਆਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਅਮਰੀਕਾ ਨੇ ਵੀ ਕੁਝ ਤਸਵੀਰਾਂ ਜਾਰੀ ਕੀਤੀਆਂ ਨੇ ਅਮਰੀਕਾ ਨੇ ਵੀ ਲਗਾਤਾਰ ਤਸਵੀਰਾਂ ਜਾਰੀਆਂ ਕੀਤੀਆਂ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਪੂਰਨ ਤੌਰ ਤੇ ਜਿਹੜਾ ਕੇਰਾ ਪਹਿ ਚੁੱਕਾ ਆ ਤੇ ਸਭ ਤੋਂ ਵੱਡੀ ਗੱਲ ਇਹ ਕਹੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਵੀ ਮਦਦ ਕੀਤੀ ਹੈ ਉਹਨਾਂ ਦੇਸ਼ਾਂ ਨੂੰ ਵੀ ਅਸੀਂ ਜਲਦ ਦੇਖਾਂਗੇ ਮਤਲਬ ਸਿੱਧੇ ਤੌਰ ਤੇ ਚੇਤਾਵਨੀ ਜਿਹੜੀ ਹੈ ਜਿਹੜੀ ਕਹਿ ਸਕਦੇ ਆਂ ਰੂਸ ਦੇ ਪ੍ਰੈਜ਼ੀਡੈਂਟ ਜਿਹੜੇ ਪੁਤਿਨ ਆਲੋ ਸਿੱਧੇ ਤੌਰ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਇਸ ਸਮੇਂ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਆ ਤਸਵੀਰਾਂ ਦੇ ਵਿੱਚ 64 ਕਿਲੋਮੀਟਰ ਲੰਬਾ ਜਿਹੜਾ ਹੈ ਤੁਹਾਨੂੰ ਕਾਫਲਾ ਜਿਹੜਾ ਜ਼ਰੂਰ ਦਿਖਾਈ ਦੇਗਾ